ਗਰਮੀਆਂ ਦੀ ਬਹੁਤ ਹੀ ਖਾਸ ਰੈਸਿਪੀ ਹੈ ਬਦਾਮ ਮਿਲਕ, ਤੇ ਅਸੀਂ ਸਟਰੀਟ ਫੂਡ ਦੇ ਤੌਰ ਤੇ ਇਸ ਨੂੰ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਗਰਮੀ ਦੇ ਮੌਸਮ ਵਿੱਚ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਤੇ ਜੇ ਘਰ ਵਿੱਚ ਬਣਾ ਲਈਏ ਤਾਂ ਇਹ ਬਹੁਤ ਜ਼ਿਆਦਾ ਤਾਕਤਵਰ ਬਣ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਬਦਾਮ ਤੋਂ ਇੱਕ ਬਹੁਤ ਖਾਸ ਰੈਸਿਪੀ ਤਿਆਰ ਕਰਾਂਗੇ। ਬਹੁਤ ਹੀ ਪੌਸ਼ਟਿਕ ਤੇ ਸਵਾਦਿਸ਼ਟ ਬਣਦੀ ਹੈ ਇਹ ਰੈਸਿਪੀ, ਆਓ ਸ਼ੁਰੂਆਤ ਕਰਦੇ ਹਾਂ। ਇਸ ਰੈਸਿਪੀ ਦੇ ਲਈ ਅਸੀਂ 20 ਤੋਂ 25 ਬਦਾਮ ਲੈਣੇ ਹਨ। ਜੇ ਅਸੀਂ 5 ਤੋਂ 6 ਗਲਾਸ ਬਦਾਮ ਮਿਲਕ ਬਣਾਉਣਾ ਹੈ, 20-25 ਬਦਾਮ ਅਸੀਂ ਪੂਰੀ ਰਾਤ ਭਿਉਂ ਕੇ ਰੱਖ ਦਿਆਂਗੇ। ਗਰਮੀ ਦੇ ਵਿੱਚ ਜਦੋਂ ਵੀ ਅਸੀਂ ਡਰਾਈ ਫਰੂਟਸ ਦਾ ਸੇਵਨ ਕਰਨਾ ਹੈ ਤਾਂ ਅਸੀਂ ਇਹਨਾਂ ਨੂੰ ਪੂਰੀ ਰਾਤ ਭਿਉਂ ਕੇ ਹੀ ਵਰਤੋਂ ਕਰਨੀ ਹੈ। ਵੈਸੇ ਵੀ ਬਦਾਮ ਨੂੰ ਸਹੀ ਤਰੀਕੇ ਨਾਲ ਜੇ ਅਸੀਂ ਪਚਾਉਣਾ ਚਾਹੁੰਦੇ ਹਾਂ ਤੇ ਇਸ ਤੋਂ ਪੂਰਾ ਨਿਊਟ੍ਰੀਸ਼ਨ ਲੈਣਾ ਚਾਹੁੰਦੇ ਹਾਂ, ਜਾਂ ਤਾਂ ਅਸੀਂ ਇਸ ਨੂੰ ਫਰਾਈ ਕਰਕੇ ਜਾਂ ਦੇਸੀ ਘੀ ਦੇ ਵਿੱਚ ਮਿਲਾ ਕੇ ਸਰਦੀਆਂ ਵਿੱਚ ਖਾਂਦੇ ਹਾਂ, ਤੇ ਦੂਸਰਾ ਤਰੀਕਾ ਹੈ ਕਿ ਇਸ ਨੂੰ ਪੂਰੀ ਰਾਤ ਸੋਕ ਕਰ ਦਿਓ ਤਾਂ ਕਿ ਪਾਣੀ ਚੰਗੀ ਤਰ੍ਹਾਂ ਇਹਨਾਂ ਦੇ ਅੰਦਰ ਚਲਾ ਜਾਏ ਤੇ ਜਿਹੜਾ ਇਹਦਾ ਛਿਲਕਾ ਹੈ ਉਸ ਨੂੰ ਅਸੀਂ ਉਤਾਰ ਦੇਣਾ ਹੈ। ਜਦੋਂ ਅਸੀਂ ਪੂਰੀ ਰਾਤ ਪਾਣੀ ਵਿੱਚ ਭਿਉਂਦੇ ਹਾਂ ਤਾਂ ਇਹ ਰੁੱਖਾ ਵੀ ਨਹੀਂ ਰਹਿ ਜਾਂਦਾ ਤੇ ਨਾਲ ਨਾਲ ਇਹ ਠੰਡਾ ਵੀ ਹੋ ਜਾਂਦਾ ਹੈ। ਆਯੁਰਵੇਦ ਦੇ ਅਨੁਸਾਰ ਬਦਾਮ ਦੀ ਵਰਤੋਂ ਖਾਸ ਤੌਰ ਤੇ ਉੱਥੇ ਕੀਤੀ ਜਾਂਦੀ ਹੈ ਜਿੱਥੇ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋਵੇ, ਨਸਾਂ ਦੀ ਕਮਜ਼ੋਰੀ ਹੋਵੇ, ਯਾਦਾਸ਼ਤ ਘੱਟ ਰਹੀ ਹੋਵੇ ਜਾਂ ਫਿਰ ਸੈਕਸ਼ੁਅਲ ਵੀਕਨੈਸ ਹੋਵੇ, ਉੱਥੇ ਅਸੀਂ ਬਦਾਮ ਦੀ ਵਰਤੋਂ ਕਰੀਏ ਤਾਂ ਸਾਨੂੰ ਕਾਫੀ ਲਾਭ ਮਿਲਦਾ ਹੈ। ਵਾਤ ਦੋਸ਼ ਜਿਵੇਂ ਕਿ ਅਧਰੰਗ ਜਿਨ੍ਹਾਂ ਨੂੰ ਹੁੰਦਾ ਹੈ, ਬਹੁਤ ਜ਼ਿਆਦਾ ਹੱਥ ਪੈਰ ਕੰਬਦੇ ਹਨ, ਕਬਜ਼ ਰਹਿੰਦੀ ਹੈ, ਬਲੋਟਿੰਗ ਹੁੰਦੀ ਹੈ, ਇਸ ਤਰ੍ਹਾਂ ਦੇ ਲੱਛਣ ਜਿਨ੍ਹਾਂ ਦੇ ਵਿੱਚ ਵਾਤ ਦੋਸ਼ ਦਾ ਪਾਇਆ ਜਾਂਦਾ ਹੈ, ਉੱਥੇ ਬਦਾਮਾਂ ਦੀ ਵਰਤੋਂ ਫਾਇਦਾ ਕਰਦੀ ਹੈ। ਇਸ ਦੇ ਨਾਲ ਨਾਲ ਕਿਉਂਕਿ ਅਸੀਂ ਇਸ ਨੂੰ ਭਿਉਂ ਕੇ ਵਰਤ ਰਹੇ ਹਾਂ ਤਾਂ ਇਹ ਠੰਡੇ ਵੀ ਹੋ ਜਾਂਦੇ ਹਨ, ਤਾਂ ਜਿਨ੍ਹਾਂ ਨੂੰ ਜ਼ਿਆਦਾ ਬਲੀਡਿੰਗ ਹੁੰਦੀ ਹੈ, ਚਾਹੇ ਉਹ ਮਾਹਵਾਰੀ ਦੇ ਦੌਰਾਨ ਹੁੰਦੀ ਹੋਵੇ ਜਾਂ ਫਿਰ ਨੱਕ ਰਾਹੀਂ ਨਕਸੀਰ ਛੁੱਟਦੀ ਹੋਵੇ, ਤਾਂ ਉੱਥੇ ਵੀ ਇਸ ਦੀ ਵਰਤੋਂ ਫਾਇਦੇਮੰਦ ਹੈ। ਅੱਜ ਦੀ ਜਿਹੜੀ ਰੈਸਿਪੀ ਅਸੀਂ ਤਿਆਰ ਕਰ ਰਹੇ ਹਾਂ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਜਾਂ ਗਰਮੀ ਕਰਕੇ ਥਕਾਨ ਮਹਿਸੂਸ ਹੁੰਦੀ ਹੈ, ਘਬਰਾਹਟ ਜਾਂ ਬੇਚੈਨੀ ਹੁੰਦੀ ਹੈ, ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਲਨ ਹੁੰਦੀ ਹੈ ਜਾਂ ਅੱਖਾਂ ਦੀ ਨਜ਼ਰ ਜਿਹੜੀ ਹੈ ਉਹ ਲਗਾਤਾਰ ਘਟਦੀ ਜਾ ਰਹੀ ਹੈ ਤੇ ਚਸ਼ਮੇ ਦਾ ਨੰਬਰ ਉਹਨਾਂ ਦਾ ਵੱਧਦਾ ਜਾ ਰਿਹਾ ਹੈ, ਉੱਥੇ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੈ। ਅਸੀਂ ਸਾਰੇ ਬਦਾਮਾਂ ਨੂੰ ਛਿੱਲ ਲਿਆ ਹੈ, ਇਸ ਨੂੰ ਅਸੀਂ ਗ੍ਰਾਈਂਡਰ ਵਿੱਚ ਪਾ ਲਵਾਂਗੇ। 5-6 ਇਲਾਇਚੀਆਂ ਦੇ ਬੀਜ ਵੀ ਅਸੀਂ ਇਸ ਦੇ ਅੰਦਰ ਪਾ ਦੇਣੇ ਹਨ, ਥੋੜਾ ਜਿਹਾ ਅਸੀਂ ਪਾਣੀ ਪਾ ਲੈਣਾ ਹੈ ਤੇ ਇਸ ਨੂੰ ਅਸੀਂ ਗ੍ਰਾਈਂਡ ਕਰ ਲੈਣਾ ਹੈ। ਹੁਣ ਇਹ ਬਦਾਮਾਂ ਤੇ ਇਲਾਇਚੀਆਂ ਵਾਲਾ ਬਹੁਤ ਹੀ ਵਧੀਆ ਪੇਸਟ ਸਾਡੇ ਕੋਲ ਤਿਆਰ ਹੋ ਗਿਆ ਹੈ। ਆਓ ਹੁਣ ਰੈਸਿਪੀ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਇੱਕ ਪੈਨ ਲੈ ਕੇ ਇਸ ਦੇ ਅੰਦਰ ਲਗਭਗ 1 ਲੀਟਰ ਦੁੱਧ ਪਾ ਦੇਣਾ ਹੈ, ਤਾਂ 1 ਲੀਟਰ ਦੁੱਧ ਤੋਂ 5 ਤੋਂ 6 ਗਲਾਸ ਬਦਾਮ ਮਿਲਕ ਬਣ ਜਾਏਗਾ, ਜਿਸ ਦੇ ਵਿੱਚ ਅਸੀਂ ਇਹ ਪੀਸਿਆ ਹੋਇਆ ਪੇਸਟ ਜਿਹੜਾ ਕਿ 20-25 ਬਦਾਮਾਂ ਤੋਂ ਤਿਆਰ ਹੋਇਆ ਹੈ ਉਹ ਪਾਉਣਾ ਹੈ। ਹੁਣ ਦੁੱਧ ਜਿਹੜਾ ਹੈ ਇਹ ਅਸੀਂ ਬਿਨਾਂ ਮਲਾਈ ਦਾ ਲਿਆ ਹੈ, ਤੇ ਜਿਹੜੇ ਬਹੁਤ ਜ਼ਿਆਦਾ ਪਤਲੇ ਹਨ ਜਾਂ ਵਾਤ ਰੋਗੀ ਹਨ ਉਹ ਮਲਾਈ ਵਾਲਾ ਜਿਹੜਾ ਫੁੱਲ ਫੈਟ ਮਿਲਕ ਹੈ ਉਹ ਵੀ ਲੈ ਸਕਦੇ ਹਨ। ਅਸੀਂ ਸਾਰਾ ਪੇਸਟ ਜਿਹੜਾ ਹੈ ਉਹ ਵੀ ਪਾਣੀ ਪਾ ਕੇ ਥੋੜ੍ਹਾ ਜਿਹਾ ਇਸ ਦੇ ਅੰਦਰ ਸ਼ਾਮਿਲ ਕਰ ਦਿਆਂਗੇ। ਪਾਣੀ ਦੀ ਮਦਦ ਦੇ ਨਾਲ ਅਸੀਂ ਗ੍ਰਾਈਂਡਰ ਤੋਂ ਸਾਰਾ ਪੇਸਟ ਉਤਾਰ ਲੈਣਾ ਹੈ, ਤਾਂ ਲਗਭਗ ਇਹ 1 ਲੀਟਰ ਦੁੱਧ ਹੈ ਤੇ ਨਾਲ ਅਸੀਂ 1/2 ਪਾਣੀ ਵੀ ਇਸ ਦੇ ਅੰਦਰ ਪਾ ਦਿੱਤਾ ਹੈ, ਯਾਨੀ ਕਿ 125 ml।
ਹੁਣ ਅਸੀਂ ਇਸ ਦੇ ਵਿੱਚ ਇੱਕ ਚੁਟਕੀ ਹਲਦੀ ਦੀ ਪਾਉਣੀ ਹੈ। ਹਲਦੀ ਵਾਲੇ ਦੁੱਧ ਦੇ ਤਾਂ ਬਹੁਤ ਜ਼ਿਆਦਾ ਫਾਇਦੇ ਹਨ, ਚਾਹੇ ਦਮਾ, ਅਸਥਮਾ ਜਾਂ ਇਮਿਊਨਿਟੀ ਲੋ ਹੋਵੇ ਜਾਂ ਫਿਰ ਜੋੜਾਂ ਦਾ ਦਰਦ ਹੋਵੇ, ਸੋਜ ਹੋਵੇ, ਹਰ ਜਗ੍ਹਾ ਹਲਦੀ ਬਹੁਤ ਵਧੀਆ ਕੰਮ ਕਰਦੀ ਹੈ। ਪਰ ਕਿਉਂਕਿ ਗਰਮੀ ਦਾ ਮੌਸਮ ਹੈ, ਇੱਥੇ ਸਾਡਾ ਪਰਪਜ਼ ਹਲਦੀ ਨੂੰ ਇਸ ਕਰਕੇ ਨਹੀਂ ਪਾਉਣਾ, ਇਸ ਕਰਕੇ ਅਸੀਂ ਬਹੁਤ ਥੋੜ੍ਹੀ ਜਿਹੀ ਇੱਕ ਚੁਟਕੀ ਹਲਦੀ ਪਾਈ ਹੈ, ਜਿਹੜੀ ਨੁਕਸਾਨ ਕੋਈ ਨਹੀਂ ਕਰੇਗੀ ਪਰ ਇਸ ਮਿਲਕ ਨੂੰ ਇੱਕ ਬਹੁਤ ਹੀ ਚੰਗਾ ਰੰਗ ਦੇਵੇਗੀ। ਅਸੀਂ ਫੂਡ ਕਲਰ ਤੋਂ ਬਚਣਾ ਚਾਹੁੰਦੇ ਹਾਂ, ਇਸ ਕਰਕੇ ਹਲਦੀ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੈ। ਇਸਦਾ ਕੋਈ ਫਲੇਵਰ ਨਹੀਂ ਆਏਗਾ ਕਿਉਂਕਿ ਇੱਕ ਚੁਟਕੀ ਹਲਦੀ ਕਾਫੀ ਘੱਟ ਹੁੰਦੀ ਹੈ। ਹੁਣ ਦੁੱਧ ਨੂੰ ਉਬਾਲ ਆ ਗਿਆ ਹੈ, ਉਬਾਲਣ ਤੋਂ ਬਾਅਦ ਅਸੀਂ ਗੈਸ ਨੂੰ ਸਿਮ ਕਰਕੇ ਇਸ ਨੂੰ ਥੋੜ੍ਹਾ ਜਿਹਾ ਹੋਰ ਉਬਾਲ ਲਵਾਂਗੇ। ਗੈਸ ਨੂੰ ਅਸੀਂ ਸਿਮ ਕਰ ਦੇਣਾ ਹੈ ਅਤੇ ਲਗਾਤਾਰ ਕੜਛੀ ਚਲਾਉਂਦੇ ਹੋਏ ਹੁਣ 2 ਤੋਂ 3 ਮਿੰਟ ਲਈ ਪਕਾਵਾਂਗੇ। ਉਸਦਾ ਕਾਰਨ ਇਹ ਹੈ ਕਿ ਅਸੀਂ ਇਸ ਦੁੱਧ 'ਤੇ ਮਲਾਈ ਨਹੀਂ ਆਉਣ ਦੇਣੀ, ਅਸੀਂ ਨਾਲ ਨਾਲ ਹੀ ਇਸ ਨੂੰ ਹਿਲਾਉਂਦੇ ਹੋਏ ਹੀ ਉਬਾਲਣਾ ਹੈ। ਜਿਨ੍ਹਾਂ ਨੂੰ ਦੁੱਧ ਫਿੱਕਾ ਚਾਹੀਦਾ ਹੈ ਉਹ ਇੱਥੇ ਦੁੱਧ ਨੂੰ ਕੱਢ ਸਕਦੇ ਹਨ, ਅਸੀਂ ਹਾਲੇ ਇਸ ਦੇ ਵਿੱਚ ਕੋਈ ਮਿੱਠਾ ਨਹੀਂ ਪਾਇਆ। ਡਾਇਬਟੀਜ਼ ਦੇ ਰੋਗੀ ਜਿਹੜੇ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਨ ਮਹਿਸੂਸ ਕਰਦੇ ਹਨ ਉਹਨਾਂ ਦੇ ਲਈ ਇਹ ਬਹੁਤ ਵਧੀਆ ਐਨਰਜੀ ਬੂਸਟਰ ਦਾ ਕੰਮ ਕਰੇਗਾ। ਇਸ ਨੂੰ ਫਿੱਕਾ ਹੀ ਲੈਣਾ ਹੈ, ਇਹ ਧਿਆਨ ਰੱਖਣਾ ਜ਼ਰੂਰੀ ਹੈ। ਜੇ ਤੁਸੀਂ ਕਫ ਦੋਸ਼ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਦਿਨ ਵੇਲੇ ਹੀ ਲੈ ਲਓ, ਬੇਸ਼ੱਕ ਰਾਤ ਨੂੰ ਸੌਣ ਲੱਗੇ ਨਾ ਪੀਓ। ਇਸੇ ਤਰ੍ਹਾਂ ਜਿਹੜੇ ਵੇਟ ਲੌਸ ਕਰਨਾ ਚਾਹੁੰਦੇ ਹਨ, ਉਹ ਵੀ ਜੇ ਆਪਣੀ ਐਨਰਜੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਤਾਂ ਇਸੇ ਤਰੀਕੇ ਫਿੱਕਾ ਦੁੱਧ ਹੀ ਲੈਣ। ਬਾਕੀ ਦੇ ਦੁੱਧ ਨੂੰ ਮਿੱਠਾ ਕਰਨ ਲਈ ਅਸੀਂ ਇਸ ਦੇ ਵਿੱਚ ਪਾ ਰਹੇ ਹਾਂ ਧਾਗੇ ਵਾਲੀ ਮਿਸ਼ਰੀ। ਧਾਗੇ ਵਾਲੀ ਮਿਸ਼ਰੀ ਅਤੇ ਦੁੱਧ ਦਾ ਆਪਸੀ ਕੰਬੀਨੇਸ਼ਨ ਬਹੁਤ ਜ਼ਿਆਦਾ ਵਧੀਆ ਹੈ, ਚਾਹੇ ਸਪਰਮ ਕਾਉਂਟ ਘੱਟ ਹੈ ਜਾਂ ਫਿਰ ਸੀਮਨ ਦਾ ਪਤਲਾ ਹੋਣਾ, ਭੈਣਾਂ ਦੇ ਵਿੱਚ ਸਹੀ ਤਰੀਕੇ ਨਾਲ ਅੰਡੇ ਦਾ ਨਾ ਬਣਨਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਣਾ, ਪੀਰੀਅਡਸ ਦਾ ਇਰੈਗੂਲਰ ਹੋਣਾ ਜਾਂ ਬਹੁਤ ਜ਼ਿਆਦਾ ਬਲੀਡਿੰਗ ਹੋਣਾ, ਇਹਨਾਂ ਸਾਰੇ ਰੋਗਾਂ ਵਿੱਚ ਇਹ ਬਹੁਤ ਵਧੀਆ ਕੰਮ ਕਰੇਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਬਹੁਤ ਜ਼ਿਆਦਾ ਕਮਜ਼ੋਰ ਹਨ, ਦੁਬਲੇ ਪਤਲੇ ਹਨ, ਉਹਨਾਂ ਨੂੰ ਵੀ ਅਸੀਂ ਇਹ ਦੁੱਧ ਦੇ ਸਕਦੇ ਹਾਂ। ਤੁਹਾਡੇ ਅੰਦਰ ਪੋਸ਼ਕ ਤੱਤਾਂ ਦੀ ਕਮੀ ਹੈ, ਕੈਲਸ਼ੀਅਮ ਦੀ ਕਮੀ ਹੈ, ਉਸ ਕਰਕੇ ਜੋੜਾਂ ਦਾ ਦਰਦ ਹੁੰਦਾ ਹੈ, ਥਕਾਨ ਹੁੰਦੀ ਹੈ ਜਾਂ ਫਿਰ ਗਰਮੈਸ਼ ਕਰਕੇ ਬਹੁਤ ਜ਼ਿਆਦਾ ਸਿਰਦਰਦ ਜਾਂ ਮਾਈਗ੍ਰੇਨ ਰਹਿੰਦਾ ਹੈ ਜਾਂ ਅੱਖਾਂ ਦੀ ਕੋਈ ਵੀ ਦਿੱਕਤ ਹੈ, ਤਾਂ ਵੀ ਇਹ ਬਹੁਤ ਜ਼ਿਆਦਾ ਪੌਸ਼ਟਿਕ ਹੈ। ਹੁਣ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਠੰਡੀ ਚੀਜ਼ ਨਾਲ ਸਾਡੇ ਜੋੜ ਦੁਖਦੇ ਹਨ, ਪਰ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਠੰਡਾ ਪੀਣਾ ਹੈ। ਜਦੋਂ ਇਹੀ ਚੀਜ਼ ਤੁਸੀਂ ਬਾਜ਼ਾਰ ਵਿੱਚੋਂ ਲਓਗੇ, ਪਹਿਲੀ ਗੱਲ ਤਾਂ ਉਹ ਬਦਾਮ ਮਿਲਕ ਹੋ ਹੀ ਨਹੀਂ ਸਕਦਾ, ਦੂਸਰੀ ਗੱਲ ਇਹ ਹੈ ਕਿ ਉਹ ਇੰਨਾ ਜ਼ਿਆਦਾ ਠੰਡਾ ਹੁੰਦਾ ਹੈ ਕਿ ਉਸ ਨਾਲ ਸਾਨੂੰ ਜੋੜ ਵੀ ਦਿਖਾਏਗਾ ਅਤੇ ਸਾਨੂੰ ਕਫ, ਦਮਾ ਜਾਂ ਖਾਂਸੀ ਵਰਗੇ ਰੋਗਾਂ ਵਿੱਚ ਵੀ ਬਹੁਤ ਦਿੱਕਤ ਦੇਵੇਗਾ। ਪਰ ਕਿਉਂਕਿ ਅਸੀਂ ਇਸ ਨੂੰ ਘਰ ਵਿੱਚ ਬਣਾ ਰਹੇ ਹਾਂ, ਪਹਿਲੀ ਗੱਲ ਤਾਂ ਇਹ ਸ਼ੁੱਧ ਅਤੇ ਬਿਲਕੁਲ ਸਹੀ ਹੈ। ਦੂਸਰਾ ਹੈ ਕਿ ਅਸੀਂ ਇਸ ਨੂੰ ਕਿੰਨਾ ਠੰਡਾ ਕਰਨਾ ਹੈ ਇਹ ਸਾਡੇ ਆਪਣੇ ਹੱਥ ਵਿੱਚ ਹੈ। ਮਿਸ਼ਰੀ ਪਾਉਣ ਕਰਕੇ ਇਹ ਕਫ, ਦਮਾ ਅਤੇ ਖਾਂਸੀ ਦੇ ਰੋਗਾਂ ਲਈ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਤਾਕਤਵਰ ਹੋਣ ਕਰਕੇ ਜੋੜਾਂ ਦੇ ਦਰਦ ਲਈ ਵੀ ਬਹੁਤ ਵਧੀਆ ਹੈ। ਤੁਸੀਂ ਇਸ ਨੂੰ ਠੰਡਾ ਆਪਣੀ ਪਸੰਦ ਅਨੁਸਾਰ ਕਰਨਾ ਹੈ। ਜਿਹੜੇ ਪਿੱਤ ਰੋਗੀ ਹਨ, ਜਿਨ੍ਹਾਂ ਦੇ ਅੰਦਰ ਬਹੁਤ ਹੀਟ ਅਤੇ ਗਰਮੀ ਹੈ, ਗੁੱਸਾ ਬਹੁਤ ਆਉਂਦਾ ਹੈ, ਉਹ ਇਸ ਨੂੰ ਵਧੀਆ ਠੰਡਾ ਕਰਕੇ ਲੈ ਸਕਦੇ ਹਨ। ਅਤੇ ਜੇ ਨਾ ਵੀ ਕਰਾਂਗੇ ਤਾਂ ਨੋਰਮਲ ਅਸੀਂ ਠੰਡਾ ਕਰ ਲਵਾਂਗੇ ਤਾਂ ਵੀ ਮਿਸ਼ਰੀ ਕਰਕੇ ਇਸ ਦੀ ਤਾਸੀਰ ਠੰਡੀ ਹੀ ਹੈ, ਭਿੱਜੇ ਹੋਏ ਬਦਾਮਾਂ ਕਰਕੇ ਇਸ ਦੀ ਤਾਸੀਰ ਠੰਡੀ ਹੈ। ਪਰ ਅਸੀਂ ਇਸ ਨੂੰ ਫਰਿੱਜ ਵਾਲਾ ਠੰਡਾ ਨਹੀਂ ਕਰਨਾ, ਨੋਰਮਲ ਟੈਂਪਰੇਚਰ 'ਤੇ ਠੰਡਾ ਕਰਕੇ ਜਾਂ ਫਿਰ ਥੋੜ੍ਹਾ ਬਹੁਤ 15-20 ਮਿੰਟ, ਅੱਧਾ ਘੰਟਾ ਫਰਿੱਜ ਵਿੱਚ ਰੱਖ ਕੇ ਅਸੀਂ ਇਸ ਨੂੰ ਆਪਣੀ ਲੋੜ ਦੇ ਮੁਤਾਬਿਕ ਲੈ ਸਕਦੇ ਹਾਂ। ਤਾਂ ਇੰਨਾ ਕੁ ਬਦਲਾਵ ਜਿਹੜਾ ਹੈ ਉਹ ਅਸੀਂ ਸਿਰਫ ਘਰ ਦੀਆਂ ਰੈਸਿਪੀਜ਼ ਵਿੱਚ ਕਰ ਸਕਦੇ ਹਾਂ। ਬਾਹਰ ਜਦੋਂ ਜਾਓਗੇ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਕੋ ਹੀ ਤਰ੍ਹਾਂ ਚੀਜ਼ ਸਰਵ ਕੀਤੀ ਜਾਏਗੀ ਅਤੇ ਇੱਕੋ ਤਰ੍ਹਾਂ ਦਾ ਭੋਜਨ ਸਾਰਿਆਂ ਨੂੰ ਸੂਟ ਨਹੀਂ ਕਰਦਾ।
ਤਾਕਤਵਰ ਹੋਣ ਦੇ ਨਾਲ ਨਾਲ ਇਹ ਇੰਨਾ ਜ਼ਿਆਦਾ ਸਵਾਦ ਹੈ ਕਿ ਤੁਹਾਡੇ ਬੱਚੇ ਵੀ ਬਹੁਤ ਆਸਾਨੀ ਨਾਲ ਪੀ ਲੈਣਗੇ। ਤੇ ਕਈ ਵਾਰ ਬੱਚਿਆਂ ਨੂੰ ਥੋੜੇ ਨਖਰੇ ਜ਼ਿਆਦਾ ਕਰਦੇ ਹਨ, ਤਾਂ ਤੁਸੀਂ ਇਸ ਨੂੰ ਛਾਣ ਕੇ ਦੇ ਦਿਓ, ਕੋਈ ਡਰ ਨਹੀਂ, ਕਿਉਂਕਿ ਇਸ ਵਿੱਚ ਬਦਾਮ ਦਾ, ਮਿਸ਼ਰੀ ਦਾ, ਇਲਾਇਚੀ ਦਾ ਅਸਰ ਆ ਚੁੱਕਿਆ ਹੈ। ਬਹੁਤ ਸੌਖਾ ਹੈ, 10 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਹੈ। ਜ਼ਰੂਰ ਬਣਾ ਕੇ ਰੱਖੋ ਤਾਂ ਕਿ ਸਕੂਲ ਤੋਂ ਆਉਣ ਤੋਂ ਬਾਅਦ ਅਸੀਂ ਚਾਹ ਨਾ ਪੀਏ ਤੇ ਗਰਮੀ ਵਿੱਚ ਆਪ ਵੀ ਇਸ ਦੁੱਧ ਨੂੰ ਬਣਾ ਕੇ ਲੈ ਲਈਏ ਤੇ ਬੱਚਿਆਂ ਨੂੰ ਵੀ ਦੇ ਸਕੀਏ, ਤਾਂ ਇਹ ਪੂਰੇ ਪਰਿਵਾਰ ਦੀ ਸਿਹਤ ਨੂੰ ਵਧੀਆ ਕਰ ਸਕਦਾ ਹੈ। ਇਹ ਸੀ ਅੱਜ ਦੀ ਰੈਸਿਪੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਤੇ ਤੁਸੀਂ ਆਪਣਾ ਸ਼ਾਮ ਦੀ ਚਾਹ ਦਾ ਰੂਟੀਨ ਬੰਦ ਕਰਕੇ ਗਰਮੀਆਂ ਦੇ ਅਨੁਸਾਰ ਆਪਣੀ ਡਾਈਟ ਵਿੱਚ ਜ਼ਰੂਰ ਬਦਲਾਅ ਕਰੋਗੇ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।